ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਵੇਰ ਦੇ ਹੋਏ ਪਏ ਆ 7:30, ਅਤੇ ਅੱਜ ਮੈਂ ਕੁਛ ਲੇਟ ਹੀ ਉੱਠੀ ਹਾਂ, ਕਿਉਂਕਿ ਬੁਖਾਰ ਦਾ ਕਰਕੇ ਨਾ ਉੱਠਣ ਨੂੰ ਜੀ ਨਹੀਂ ਕੀਤਾ, ਪਈ ਸੀ ਬਸ ਜਾਗਦੀ। ਅਤੇ ਆਹ ਧੁੱਪ ਨਿਕਲ ਚੁੱਕੀ ਆ, ਹੁਣ ਮੈਂ ਕਰੂੰਗੀ ਘਰ ਦੇ ਕੰਮ ਕਾਰ। ਸਭ ਤੋਂ ਪਹਿਲਾਂ ਤਾਂ ਮੈਂ ਚਾਹ ਬਣਾਉਂਗੀ, ਚਾਹ ਬਣਾ ਕੇ ਚਾਹ ਪੀ ਕੇ ਨਾ ਫਿਰ ਮੈਂ ਉਦੋਂ ਬਾਅਦ ਆਹ ਵਿਹੜੇ 'ਚ ਬੋਕਰ ਫੇਰਨ ਆਊਂਗੀ। 2-3 ਦਿਨ ਹੋ ਗਏ ਚੱਜਣਾ ਕੰਮ ਨਾ, ਵਿਹੜੇ ਵਾਲਾ ਕੀਤਾ ਹੀ ਨਹੀਂ ਸੀ ਜਾਂਦਾ ਗਾ। ਅਤੇ ਅੰਦਰ ਤਾਂ ਕੱਲ੍ਹ ਪ੍ਰਦੀਪ ਲੱਗਿਆ ਰਿਹਾ ਕੰਮ ਕਰ, ਅਤੇ ਹੁਣ ਮੈਂ ਚਾਹ ਧਰਤਾ ਆਈ ਸੀਗੀ। ਜਾਨੀ ਅੰਦਰ ਵੇਖਾਂ, ਅਸੀਂ ਚਾਹ ਧਰੀ ਪਈ ਹੈ ਮੇਰੀ, ਅਤੇ ਉਬਲ ਜੇ ਵਿੱਚ ਦੁੱਧ ਪਾ ਕੇ ਪਹਿਲਾਂ ਚਾਹ ਪੀਵਾਂ ਫਿਰ ਕੋਈ ਕੰਮ ਕਰੂੰਗੀ। ਹਾਂ ਸੀ, ਚਾਹ ਉਬਲ ਗਈ ਆ, ਹੁਣ ਮੈਂ ਪਾਉਂਦੀ ਹਾਂ ਦੁੱਧ ਇਹਦੇ 'ਚ, ਅਤੇ ਚਾਹ ਪੀ ਕੇ ਨਾ ਫਿਰ ਕੋਈ ਕੰਮ ਕਰੂੰਗੀ ਮੈਂ। ਆਹੀ ਪਾਉਂਦੀ ਹਾਂ ਖੁੱਲ੍ਹੀ ਥੈਲੀ ਵਾਲਾ ਦੁੱਧ, ਇਹ ਨਾ ਜਵਾਕ ਖੋਲ੍ਹ ਕੇ ਰੱਖ ਦਿੰਦੇ ਆ, ਸਮਾਰ ਕੇ ਨਹੀਂ ਰੱਖਦੇ। ਅਤੇ ਫਿਰ ਉਠਾਉਂਦੀ ਹਾਂ ਸਾਰਿਆਂ ਨੂੰ, ਉੱਠਣਗੇ, ਚਾਹ ਪੀਣਗੇ, ਕੰਮ ਕਰਨਗੇ। ਪਾਣੀ ਭਰਨ ਵਾਲਾ ਪਿਆ ਹਜੇ, ਇੱਕ ਜਣੇ ਨੂੰ ਲਾਉਂਦੀ ਹਾਂ ਪਾਣੀ ਭਰਨ, ਮੈਂ ਲੱਗੂੰਗੀ ਚਾਹੇ ਤਾਂ ਇੱਕ ਪਾਸੇ ਬਾਹਰਲੇ ਪਾਸੇ ਗਲੀ 'ਚ ਬੋਕਰ ਫੇਰ ਆਉਂਦੀ ਹਾਂ ਪਹਿਲਾਂ, ਫਿਰ ਅੰਦਰ ਵਿਹੜੇ 'ਚ, ਬਾਅਦ 'ਚ ਫਿਰ ਰੋਟੀ ਬਣਾ ਕੇ ਦੀਪੂ ਦੇ ਡੈਡੀ ਨੂੰ ਤੋਰ ਦੂੰਗੀ ਨਾ, ਫਿਰ ਉਦੋਂ ਬਾਅਦ ਮੈਂ ਹੌਲੀ ਹੌਲੀ ਕਿੰਨਾ ਮਰਜ਼ੀ ਕੰਮ ਕਰ ਲਾਂ। ਮੈਂ ਤੁਹਾਨੂੰ ਨਾ ਜਵਾਕਾਂ ਦੇ ਕੰਮ ਦਿਖਾਉਂਦੀ ਹਾਂ, ਆਹ ਵੇਖ, ਇਹ ਛੋਟੇ ਜਵਾਕ ਨਹੀਂ, ਇਹ ਵੱਡੇ ਜਵਾਕ ਆ। ਆ ਫਰਿੱਜ 'ਚੋਂ ਕੱਢ ਕੇ ਲਿਆਈ ਹਾਂ ਦੁੱਧ, ਆ ਵੇਖ ਇਹ 'ਚ ਤਾਂ ਦੁੱਧ ਹੈਗਾ ਹੈ ਨਾ, ਅਤੇ ਆਹ ਵਿੱਚ ਜਿਹੜੀ ਖਾਲੀ ਹੈ ਨਾ ਇਹ ਇਵੇਂ ਸਾਂਭ ਕੇ ਰੱਖੀ ਪਈ ਆ ਫਰਿੱਜ ਦੇ ਵਿੱਚ, ਉੱਤੇ ਆਹ ਐਂ ਕਰਕੇ ਹੋਰ ਰੱਖਤੀ। ਵੀ ਇਹਨੂੰ ਸਮਾਰ ਕੇ ਕੰਮ ਨੂੰ ਕਰੋ, ਐਂ ਥੋੜ੍ਹੀ ਕਰੀਦਾ ਹੁੰਦਾ। ਚੰਗਾ ਭਾਂਡਾ ਲਓ, ਉਹਦੇ ਵਿੱਚ ਰੱਖੋ ਦੁੱਧ ਦੀ ਥੈਲੀ। ਰਸੋਈ ਦੇ ਵਿੱਚ ਸਾਵਧਾਨੀ ਬਹੁਤ ਜ਼ਰੂਰੀ ਹੈ, ਜੋ ਵੀ ਚੀਜ਼ ਹੈ ਢੱਕ ਕੇ ਰੱਖੋ, ਕੋਈ ਨਿੱਕਾ ਮੋਟਾ ਕੀੜਾ ਸੱਪ ਸਲੂਤੀ। ਅਤੇ ਵੈਸੇ ਵੀ ਸਾਡੇ ਇੱਥੇ ਤਾਂ ਜੋਕਾਂ ਬਹੁਤ ਆ, ਜਿਵੇਂ ਹੁਣ ਮੀਂਹ ਪੈਣ ਲੱਗ ਜਾਣਗੇ ਨਾ ਜੋਕਾਂ ਬਹੁਤ ਆਉਣਗੀਆਂ। ਇੱਥੇ ਮੇਰੀ ਰਸੋਈ 'ਚ ਵੀ ਬੜੀਆਂ ਫਿਰਦੀਆਂ ਹੁੰਦੀਆਂ, ਫਿਰ ਮੈਨੂੰ ਬਹੁਤ ਕਚਿਆਣ ਆਉਂਦੀ ਆ, ਸ਼ਿੰਖ ਨਾ ਭਾਂਡਿਆਂ ਵਾਲਾ, ਇਹ 'ਚ ਵੀ ਆ ਜਾਂਦੀਆਂ ਜੋਕਾਂ। ਇੱਥੇ ਹੀ ਖੜ ਕੇ ਖਾਣੀ ਆ ਹੁਣ, ਮੰਜੇ 'ਤੇ ਲੈ ਜਾਓ ਫਿਰ ਦਹੀਂ ਅਤੇ ਪਿਆਜ਼ ਵਾਲਾ ਪਰੌਂਠਾ। ਦੇਖੋ ਬਹਿ ਤਾਂ ਜਾਓ, ਨਾਲ ਚਾਹ ਲੈਣੀ ਆ ਹੈ, ਪਰੌਂਠਾ ਹੋਰ, ਚਾਹ ਵੇਖਾਂ ਹੈਗੀ ਆ ਕਿ ਨਹੀਂ, ਬਣਾਉਣੀ ਪਊਗੀ, ਬਣਾ ਦਿਆਂ ਚਾਹ। ਕਿਉਂ ਅੱਜ ਨਾ ਪ੍ਰਦੀਪ ਦੇ ਹਿੱਸੇ ਆਈ ਜਾਂਦਾ ਮੇਰਾ ਕੰਮ, ਤਹਿ ਲਾਈ ਜਾਂਦਾ ਬਿਸਤਰਿਆਂ ਨੂੰ। ਸ਼ਾਬਾਸ਼ ਕਰੋ ਕੰਮ, ਚਾਦਰ ਵੀ ਝਾੜ ਕੇ ਵਿਛਾਉਣੀ ਪੈਣੀ ਆ ਪ੍ਰਦੀਪ ਸਿੰਘ ਜੀ। ਹਾਂ ਵਿਛਾਓਗੇ, ਅਰੇ ਅਰੇ ਵਿਛੂਗੀ ਵਿਛੂਗੀ ਚਾਦਰ, ਕਿਉਂਕਿ ਕੰਮ ਤਾਂ ਹੀ ਤਾਂ ਜਲਦੀ ਨਿਪਟੂਗਾ ਆਪਣਾ। ਅਜੇ ਬਾਹਰ ਕਿੰਨਾ ਖਲਾਰਾ ਪਿਆ ਉਹ ਵੀ ਚੱਕਣਾ।
ਮੈਂ ਤਾਂ ਚੱਕ ਹੀ ਆਉਣਾ ਨਾਲ ਤੈਨੂੰ ਲਾਉਣਾ ਲਾਉਣਾ ਪੈਣਾ ਲੈ ਤੈਨੂੰ ਬਿਮਾਰ ਹੋਣ ਵਾਸਤੇ ਤੇ ਥੋੜੀ ਕਹਿੰਦੀ ਆ ਤੇਰਾ ਤਾਂ ਇਲਾਜ ਕਰਾਉਣ ਨੂੰ ਮੈਂ ਬੈਠੀ ਆ ਨਾ ਬਿਮਾਰ ਕਿਉਂ ਹੋਣ ਦਊਂਗੀ ਤੂੰ ਚੱਲਿਆ ਧੁੱਪੇ ਕੰਮ ਬਹੁਤ ਪਏ ਆ ਅੱਜ ਹੈ ਨਾ ਪੰਜ ਛੇ ਦਿਨਾਂ ਦਾ ਆਪਣਾ ਘਰ ਹੈ ਨਾ ਸਾਰਾ ਅਸਤ ਵਿਅਸਤ ਹੋਇਆ ਪਿਆ ਜਿੰਨਾ ਕੁ ਤਾਂ ਇੱਥੋਂ ਹੁੰਦਾ ਸੀ ਤੂੰ ਕਰੀ ਜਾਂਦਾ ਸੀ ਹੁਣ ਆਪਾਂ ਦੋਵੇਂ ਰਲ ਕੇ ਪੂਰਾ ਘਰ ਸਹੀ ਕਰਾਂਗੇ ਧੁੱਪੇ ਨਹੀਂ ਜਾਣਾ ਜਿੰਨੇ ਚਿਰ ਕੰਮ ਨਹੀਂ ਨਿਬੜਦਾ ਬਸ ਥੋੜ੍ਹਾ ਜਿਹਾ ਵਿਹੜਾ ਇਕੱਲਾ ਸਾਫ਼ ਕਰਕੇ ਨਾ ਨਹੀਂ ਨਹੀਂ ਵਿਹੜਾ ਤਾਂ ਕੱਚਾ ਪਾਣੀ ਕਿੱਥੋਂ ਵਗ ਜੂਗਾ ਵਿਹੜਾ ਸਾਫ਼ ਕਰਕੇ ਹੈ ਨਾ ਫਿਰ ਥੋੜ੍ਹੀ ਦੇਰ ਆਰਾਮ ਕਰ ਲਾਂਗੇ ਇੱਥੋਂ ਤੱਕ ਆ ਗਈ ਝਾੜੂ ਲਾਉਂਦੀ ਲਾਉਂਦੀ ਅੱਜ ਮੈਂ ਸੋਚਿਆ ਨਾ ਸਮਾਰ ਕੇ ਲਾਉਂਗੀ ਝਾੜੂ ਤੇ ਨਾਲ ਆ ਨਾ ਕਾ ਜਾਂ ਤਾਂ ਮੈਂ ਪੱਕਦੀ ਨਹੀਂ ਹਣਾ ਹੂੰ ਜੇ ਪਾਣੀ ਵੀਡੀਓ ਦੇ ਫਿਰ ਐਂ ਹੀ ਝਾੜੂ ਜਿਹਾ ਖੱਟ ਗਈ ਨਹੀਂ ਕਿਹੜਾ ਵਾਲਾ ਆਹਾ ਇੰਨਾ ਹੋ ਜਾਂਦਾ ਹੋਵੇ ਸਾਰੇ ਤੇ ਜਦੋਂ ਕਿਤੇ ਟਾਈਮ ਲੱਗਦਾ ਉਦੋਂ ਮਾੜਾ ਮੋਟਾ ਜਿਹਾ ਪੱਕਦੀ ਹੈ ਸਾਫ ਜਿਹਾ ਹੋ ਜਾਂਦਾ ਜਿਹੜਾ ਆ ਦੀਪੂ ਨੇ ਕੱਲਾ ਮੋਟਰਸਾਈਕਲ ਤੋਂ ਲਾਈਟ ਲਾਤੀ ਆ ਹਨਾ ਕਾਹ ਤੋਂ ਲਾਤੀ ਪਤਾ ਨਹੀਂ ਕਹਿੰਦਾ ਦੂਜੀ ਲਾਉਣੀ ਹੈ ਅੱਛਾ ਕੰਮ ਬਾਬਾ ਕਰਾ ਕੇ ਲਿਆ ਇਸ ਮੋਟਰਸਾਈਕਲ ਦਾ ਕੱਲ ਉਹ ਹਾਂ ਸ਼ੋਕਰ ਵਗੈਰਾ ਸਾਰੇ ਪਵਾ ਕੇ ਲਿਆ ਹਾਂ ਟਾਈਮ ਤਾਂ ਲੇਟ ਹੋਇਆ ਸੀ ਨਾਲ ਕਹਿੰਦਾ ਮੈਂ ਜਾਊਂਗਾ ਨਹੀਂ ਆਹੋ ਪਹਿਲਾਂ ਫੋਨ ਕਰਤਾ ਆਫਿਸ 'ਚ ਹੂੰ ਕਹਿੰਦਾ ਮੈਂ ਨਹੀਂ ਆ ਰਿਹਾ ਸਾਰਾ ਅੱਜ ਮੈਂ ਘਰੋਂ ਕੰਮ ਕਰੂੰਗਾ ਹੂੰ ਹੂੰ ਆਏ ਕਾਰਨ ਸਾਰ ਫੇਰ ਇੱਥੇ ਖੜਾ ਖੜਾ ਕਹਿੰਦਾ ਮਾਸੀ ਦੀ ਦਵਾਈ ਦੇ ਕੇ ਆਉਣੀ ਆ ਤੇ ਕਹਿੰਦਾ ਉੱਧਰ ਹੀ ਜਾਣਾ ਪੈਣਾ ਮੈਂ ਆਫਿਸ ਹੀ ਉੱਠ ਜਾਣਾ ਫੇਰ ਕਹਿੰਦਾ ਸਰ ਮੈਂ ਆ ਹੀ ਜਾਣਾ ਆਫਿਸ 'ਚ ਕਰੂੰਗਾ ਕੰਮ ਚਲਾ ਹੀ ਗਿਆ ਸੀ ਚਲਾ ਗਿਆ ਫਿਰ ਧੂਲ ਵੇਖ ਕਿਵੇਂ ਮਿੱਟੀ ਉੱਡਦੀ ਆ ਇੱਥੇ ਤਾਂ ਨਾ ਮਿੱਟੀ ਮਿੱਟੀ ਉੱਡੀ ਜਾਂਦੀ ਆ ਮਿੱਟੀ ਤਾਂ ਉੱਡੂ ਹੁਣ ਤਾਂ ਮੈਂ ਉਹ ਪਾਣੀ ਛਿੜਕਣਾ ਸੀਗਾ ਮੈਂ ਆਈ ਲੱਗ ਗਈ ਮੈਂ ਤਾਂ ਕੰਮ ਹੋ ਗਿਆ ਆਈ ਲੱਗ ਗਈ ਆ ਸਾਰੀ ਪੱਟਤੀ ਘਾਹ ਸਾਰੀ ਪੱਟਤੀ ਸਾਰੀ ਤਾਂ ਨਹੀਂ ਪੱਟੀ ਆ ਵੇ ਕਿੰਨੀ ਆ ਹਜੇ ਤਾਂ ਲੈ ਇਹ ਤਾਂ ਜਿਹੜੀ ਆਹਾ ਵੱਲ ਹੈ ਨਾ ਇਹ ਤਾਂ ਬਹੁਤ ਕਮਲ ਲਾਉਂਦੀ ਆ ਹੁਣੇ ਤਾਂ ਪੱਟਣ ਲੱਗ ਜੋ ਨਹੀਂ ਤਾਂ ਸੱਚੀ ਇਹ ਤਾਂ ਸਾਰੇ ਖਿਲਰ ਜਾਂਦੀ ਗਰਮੀ ਦੇ ਵਿੱਚ ਕਾਹਦੀ ਆ ਇਹ ਇਹਨੂੰ ਪਤਾ ਨਹੀਂ ਕਾਹਦੀ ਕਹਿੰਦੇ ਵੱਲ ਇਹ ਤਾਂ ਨਾ ਨੀਲੇ ਜਿਹੇ ਫੁੱਲ ਹੁੰਦੇ ਇਹ ਸ਼ਾਇਦ ਭੁੱਲ ਗਈ ਗਈ ਵਾਰ ਕਿੰਨੀ ਹੋ ਉੱਥੋਂ ਤੋਂ ਲੈ ਕੇ ਇੱਥੋਂ ਤੱਕ ਆਈ ਪਈ ਸੀ ਤੇ ਹੁਣ ਵੇਖੇ ਇਹਦੇ ਜੇ ਚੰਗੀ ਤਰ੍ਹਾਂ ਸਫਾਈ ਕਰਕੇ ਨਾ ਬਹੁਤ ਟਾਈਮ ਲੱਗ ਜਾਂਦਾ ਅੱਜ ਨਾ ਬਾਹਰੋਂ ਬੋਕਰ ਫੇਰ ਕੇ ਆਈਆਂ ਦੇਖ ਇੰਨੀਆਂ ਤੂਤੀਆਂ ਬਹੁਤ ਡਿੱਗਦੀਆਂ ਸੱਚੀ ਵੇਖ ਲੈ ਕਿੰਨੀਆਂ ਸਾ ਕਿੰਨਾ ਸਾਰਾ ਫਲ ਆ ਜੀ ਇਹ ਪੇੜ ਤੇ ਹੀ ਪੱਕ ਜਾਵੇ ਕੋਈ ਖਾ ਲਵੇ ਹਨਾ ਡਿੱਗਦੀਆਂ ਪਤਾ ਨਹੀਂ ਕਿਵੇਂ ਹਵਾ ਨਾ ਅੱਛਾ ਹਵਾ ਨਾਲ ਡਿੱਗੀ ਜਾਂਦੀਆਂ ਕਿ ਸਾਰੀਆਂ ਹਾਂ ਹਵਾ ਨਾਲ ਡਿੱਗੀ ਜਾਂਦੀਆਂ ਆ ਵੇਖ ਕਿੰਨਾ ਇਸ ਕਿੰਨੀਆਂ ਸਾਰੀਆਂ ਤਾਂ ਚੱਕ ਲਈ ਬਾਹਰੋਂ ਹਲੇ ਆ ਘਰੇ ਕਿੰਨੀਆਂ ਪਈਆਂ ਡਿੱਗੀਆਂ ਦੇਖ ਤੇ ਖਰਾਬ ਹੀ ਜਾਂਦਾ ਫਲ ਆ ਵੇਖ ਥੱਲੇ ਵੀ ਹਾਂ ਬਹੁਤ ਡਿੱਗਦੀਆਂ ਇਹ ਤਾਂ ਦੇਖ ਫਲ ਭਰਿਆ ਪਿਆ ਹਨਾ ਤੇ ਪਰ ਇਹ ਪੱਕੂਗਾ ਜਦੋਂ ਨੂੰ ਉਦੋਂ ਨੂੰ ਅੱਧੇ ਜ਼ਿਆਦਾ ਤਾਂ ਖਰਾਬ ਹੋ ਜਾਣਾ
ਬੱਚਾ ਹੈ ਨਾ, ਪਤਾ ਨਹੀਂ ਚੱਲਦਾ। ਪਾਣੀ ਤਾਂ ਭਰਿਆ ਪਿਆ ਪੂਰਾ। ਖਾ ਗਿਆ ਇੱਕ ਹੋਰ ਇਹ ਜਿਹਾ ਨਿੱਕਾ ਜਿਹਾ ਹਨਾ। ਸੋਹਣਾ ਲੱਗਦਾ ਇਹ। ਨਹੀਂ ਹੌਲੀ ਖਾ ਲਾ, ਮੈਂ ਕਿਹੜਾ ਰੋਟੀ ਹੋਰ ਕਿਸੇ ਪੁੱਛੇ ਲਈ ਜਾਂਦੀ ਖਾਣਾ ਖਾ।